ਅੱਜ ਆਏ ਹੋਇਆ ਭੈਣ ਹੋਣੀ ਕਿੱਥੋਂ ਆਏ ਤੁਸੀਂ ਮਕੇਰੀਆਂ ਤੋਂ ਆਏ ਸਿੱਧਾ ਇੱਧਰ ਨੂੰ ਕਿਆ ਬਾਤ ਹੈ ਕਿੰਨਾ ਚਿਰ ਲੱਗਾ ਆਉਣ ਨੂੰ ਸਾਢੇ 11 ਵਜੇ ਤੁਰੇ ਹੋਏ ਤੇ ਹੁਣ ਵੱਜ ਗਿਆ 1 ਕਿਆ ਸੌਰੀ 2 ਸੌਰੀ 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 ਇੰਨਾ ਟਾਈਮ ਓਏ 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 ਮੈਂ ਮਸ਼ਹੂਰ ਹੋ ਗਿਆ ਥੈਂਕ ਯੂ ਵੀਰੇ ਇੰਨਾ ਪਿਆਰ ਦੇਣ ਨੂੰ ਯਾਰ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਸ਼ੇਰਗਿੱਲ ਉਰਫ ਆਰ ਵੀ ਸ਼ੇਰਗਿੱਲ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਜਿਹਦਾ ਨਾਮ ਹੈ 0300 ਵਾਲੇ ਤੁਸੀਂ ਕਾਹਦੇ ਦੇਖਦੇ ਆਪਣਾ ਕੰਮ ਕਰੀ ਜਾਓ ਤੁਸੀਂ ਉਹ ਵਿਚਾਰਿਆਂ ਨੂੰ ਟੈਨਸ਼ਨ ਪੈ ਗਈ ਖਰੇ ਕਮਲਾ ਹੋ ਗਿਆ ਸਦਾ ਮੇਰਾ ਕੰਮ ਆ ਇਹ ਇੱਥੇ ਲੱਗਣਾ ਨਾ ਮੈਂ ਬਕਵਾਸ ਕਰਨੀ ਮੇਰੀ ਆਦਤ ਹੈ ਮੇਰਾ ਕੰਮ ਹੈ ਇਹਦੇ ਮੈਨੂੰ ਪੈਸੇ ਮਿਲਦੇ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਜਿਹਦਾ ਨਾਮ ਹੈ 0300 ਵਾਲੇ ਅਤੇ ਅੱਜ ਆਪਾਂ ਚੱਲੇ ਹਾਂ ਗੱਡੀ ਨੂੰ ਨਿਊ ਅਲੋਏ ਪਵਾਉਣ ਕਿੱਥੇ ਚੱਲੇ ਹਾਂ ਜੀ ਨਿਊ ਅਲੋਏ ਪਵਾਉਣ ਮੁੰਡੇ ਬਹੁਤ ਦੂਰੋਂ ਆਏ ਹੋਏ ਆ ਜੀ ਇਹ ਮੁੰਡਾ ਬਹੁਤ ਨਵਾਂ ਇਹ ਜੱਗਾ ਕਹਿੰਦੇ ਕਿੱਥੋਂ ਆ ਭਲਾ ਪਿੰਡ ਕਿਹੜਾ ਇਹ ਈਸਰਵਾਲ ਵਾਲਾ ਜੱਗਾ ਆ ਜੱਗਾ ਮੇਰੇ ਵੇਲੀਓ ਇਹ ਕਹਿੰਦੇ ਬਹਾਨੀ ਵਾਲਾ ਪਾਟੀ ਪਿੰਟ ਵਾਲਾ ਗੁਰਜੀਤਾ ਆ ਗੁਰਜੀਤਾ ਕਹਿੰਦੇ ਇਹ ਮੁੰਡਾ ਪ੍ਰਭ ਆ ਪੋਪਾ ਰਾਵਾਂ ਦਾ ਉਹ ਸੋਰੀ ਚੱਲੇ ਤਾਂ ਹੈਗੇ ਆਪਾਂ ਜਿੱਦਾਂ ਮਤਲਬ ਘਰ ਨੂੰ ਘਰ ਸਮਝੀਦਾ ਹੁੰਦਾ ਇੱਥੇ ਵੀ ਏਸੀ ਬੰਦ ਕਰ ਬੰਦ ਕਰ ਇਹਨੂੰ ਵੀ ਆਪਣਾ ਘਰ ਜਿੱਦਾਂ ਸਮਝਣਾ ਹਾਂਜੀ ਹਾਂਜੀ ਹੈਨਾ ਇਹ ਤਾਂ ਘਰ ਸਮਝਣਾ ਹੈ ਜਿੱਦਾਂ ਇੱਥੇ ਲੇਟੇ ਮਾਰ ਰਹੇ ਸੀਗੇ ਨਾ ਇੱਦਾਂ ਹੀ ਪੱਖੇ ਵੀ ਇਹ ਕਾਲ ਦਾ ਝੂਠ ਏ ਇਹਨੂੰ ਦਵਾਏ ਵੰਡਰਲੈਂਡ ਉਹ ਵੰਡਰਲੈਂਡ ਵਾਲੀ ਵੀਡੀਓ ਦੇਖ ਲਓ ਜੇ ਹੁਣ ਜੇ ਲੈ ਲਓ ਭਾਈ ਟੋਪੀ ਵੀ ਚੱਕ ਲਈ ਆ ਗਗਨ ਲਾਲੀ ਦੀ ਟੋਪੀ ਰੱਖ ਸੋਹਣੀ ਲੱਗਦੀ ਸੱਚੀ ਲੱਗਦੀ ਵਧੀਆ ਗਗਨ ਲਾਲੀ ਆਪਾਂ ਮਸ਼ਹੂਰ ਕੀਤਾ ਯਾਰ ਕਿਹੜੀ ਗੱਲ ਕਰਦਾ ਉਹ ਮੇਰੇ ਸਿਰੋਂ ਤਾਂ ਸਟਾਰ ਬਣਿਆ ਭਾਈ ਨੇ ਕਲਿੱਪ ਕੱਟ ਨਹੀਂ ਨਹੀਂ ਮੈਂ ਨਹੀਂ ਕਲਿੱਪ ਕੱਟਦਾ ਹੁਣ ਨਹੀਂ ਕਦੇ ਕਲਿੱਪ ਕੱਟ ਇਹ ਕਦੋਂ ਗਗਨ ਲਾਲੀ ਮੈਂ ਤਾਂ ਸਟਾਰ ਬਣਾਇਆ ਜਦੋਂ ਮੈਨੂੰ ਕਹਿੰਦਾ ਨਹੀਂ ਹੁੰਦਾ ਭਾਜੀ ਪਰ ਉਹ ਤਾਂ ਬੀਬੀ ਕਹਿ ਕੇ ਮਸ਼ਹੂਰ ਹੋਇਆ ਪਰ ਉਹ ਤਾਂ ਆਪਣਾ ਸੱਚੀ ਭਤੀਜ ਆ ਚਲੋ ਆ ਜਾਓ ਭਤੀਜ ਗੁੱਸਾ ਨਾ ਕਰ ਜੀ ਐਵੇਂ ਆ ਫਰਿਆ ਜਾ ਗੱਲਾਂ ਤੂੰ ਗੱਲਾਂ ਕਿਤੇ ਕਰ ਉਹ ਮੇਰਾ ਭਤੀਜਾ ਤੂੰ ਸਾਲਿਆ ਤੂੰ ਐਵੇਂ ਦੀ ਹੁਣ ਦੇਖ ਮੂੰਹ ਕਿੱਦਾਂ ਕਰਦਾ ਤੇ ਮੇਰੇ ਵੀਰਿਓ ਫੋਰ ਸੋਰੀ ਸਕੋਰਪੀਓ ਕਹਿੰਦੇ ਆ ਗੱਡੀ ਨੂੰ ਸਕੋਰਪੀਓ ਕਹਿੰਦੇ ਆ ਕਹਿੰਦੇ ਭਵਾਂ ਟਾਇਰ ਇੱਦਾਂ ਵਿੱਚ ਚੱਲਦੀ ਬੜੀ ਸੋਹਣੀ ਲੱਗਦੀ ਮੇਰੇ ਵੀਰਿਓ ਬਹੁਤ ਮੇਰੇ ਭਰਾਵਾਂ ਦੇ ਕਮੈਂਟ ਆਏ ਆ ਕਿ ਕਹਿੰਦੇ ਫੋਰਚੂਨਰ ਜਾਂ ਅੰਡੈਵਰ ਨੂੰ ਨਵੇਂ ਸ਼ੂ ਪਵਾ ਦਿਓ ਮੈਨੂੰ ਲੱਗਾ ਇਹਨੂੰ ਵੀ ਪਵਾ ਦੇਈਏ ਕਿਉਂਕਿ ਅੰਡੈਵਰ ਤਾਂ ਆਪਾਂ ਵੇਚਣੀ ਹੀ ਆ ਪੱਕਾ ਵੀ ਨਹੀਂ ਪਤਾ ਵੇਚਣੀ ਆ ਕਿ ਨਹੀਂ ਵੇਚਣੀ ਪਰ ਮੇਰਾ ਮਨ ਤਾਂ ਹੈਗਾ ਆਪਾਂ ਨਵੀਂ ਤਾਂ ਲੈਣੀ ਇਹ ਮੈਨੂੰ ਪੱਕਾ ਆ ਲੈਣੀ ਕਿਹੜੀ ਆ ਤੁਹਾਨੂੰ ਦੱਸਿਆ ਆ ਆਪਾਂ ਲੈਣੀ ਲੈਂਡ ਕਰੂਜ਼ਰ ਜਾਂ ਲੈਣੀ ਆ ਜੀ ਵੈਗਨ ਜਾਂ ਲੈਣੀ ਆ ਥਰਡ ਚੋਇਸ ਆ ਥਰਡ ਐਂਡ ਲਾਸਟ ਚੋਇਸ ਅਰੇਂਜ ਰੋ ਠੀਕ ਹੈ ਜੀ ਬਾਕੀ ਹੁਣ ਅਸੀਂ ਚੱਲੇ ਹਾਂ ਜੋ ਦਿੱਤਾ ਦਾਤ ਆ ਬਹੁਤ ਆ ਐਵੇਂ ਸਹੁਰਿਆਂ ਦੀ ਗੱਡੀ ਵਿੱਚ ਹੀ ਦਿਖਾਈ ਜਾਂਦੀ ਚਲੋ ਕੋਈ ਨਾ ਚੱਲਦਾ ਇੰਨਾ ਆਪਣੇ ਕੋਲ ਦੋ ਹੀ ਆ ਇੱਕ ਫੋਰਚੂਨਰ ਇੱਕ ਡਰਾਈਵਰ ਸਕੋਰਪੀਓ ਰਹੀ ਆ ਚਿੱਟੇ ਰੰਗ ਦੀ ਸੋਰੀ ਕਹਿੰਦੇ ਸੋਰੀ ਗਾਈਸ ਫੋਰਚੂਨਰ ਰਹੀ ਆ ਚਿੱਟੇ ਰੰਗ ਦੀ ਸੋਰੀ ਸਕੋਰਪੀਓ ਵੇਚਤੀ I-20 ਵੇਚਤੀ ਇੱਕ ਪਹਿਲਾਂ ਪਹਿਲਾਂ ਸਨਾਟਾ ਹੁੰਦੀ ਸੀ ਵੇਚਤੀ ਗੱਡੀਆਂ ਤਾਂ ਬਹੁਤ ਹੁੰਦੀਆਂ ਪਰ ਵੇਚਤੀਆਂ ਲਓ ਜੀ ਕਹਿੰਦੇ ਗਗਨ ਲਾਲੀ ਆਪਣਾ ਆਇਆ ਸੀਗਾ ਅਤੇ ਭਤੀਜ ਆਪਣਾ ਬਸ ਸਿਰਫ ਇੱਥੇ ਟੋਪੀ ਲਾਉਣ ਹੀ ਆਇਆ ਸੀਗਾ ਦੋ ਮਿੰਟ ਵੇਟ ਕਰੂੰਗੇ ਗੱਲਾਂ ਕਰ ਲਈਏ ਬਾਅਦ 'ਚ ਕਰ ਲਈਏ ਤੁਸੀਂ ਬਾਅਦ 'ਚ ਹੋ ਜਾਓ ਸ਼ੁਰੂ ਮੈਂ ਇਕੱਲਾ ਹੈ ਨਾ ਹਾਂਜੀ ਮੈਂ ਕਿਹਾ ਗਗਨ ਲਾਲੀ ਇੱਥੇ ਆਇਆ ਸੀਗਾ ਅਤੇ ਭਤੀਜ ਪਾ ਟੋਪੀ ਕੋਈ ਚੱਕਰ ਨਹੀਂ ਭਤੀਜ ਇੱਥੇ ਟੋਪੀ ਲਾਉਣ ਹੀ ਆਇਆ ਸੀ ਉਦੋਂ ਬਾਅਦ 'ਚ ਨਾ ਉਹਨੇ ਕਦੀ ਟੋਪੀ ਪਾਈ ਨਾ ਉਹਨੇ ਦਸਤਾਰ ਸਜਾਈ ਹੁਣ ਤਾਂ ਵਾਲ ਖੜੇ ਹੀ ਹੁੰਦੇ ਆ ਵਾਲ ਸਿੱਟੇ ਹੀ ਹੁੰਦੇ ਆ ਕਿਆ ਬਾਤ ਹੈ ਗਗਨਿਆ ਇਹ ਤਾਂ ਕੋਈ ਗਲਤ ਗੱਲ ਕਰਤੀ ਸ਼ੇਰਾ ਕਦੀ ਤਾਂ ਦਸਤਾਰ ਸਜਾਇਆ ਕਰ ਤੂੰ ਤਾਂ ਨੱਤੀਆਂ ਪਵਾਉਣ ਦੀਆਂ ਵੀ ਗੱਲਾਂ ਕਰਦਾ ਇਹ ਤਾਂ ਫਿਰ ਮਾੜੀ ਗੱਲ ਆ ਨਾ ਇਹ ਤਾਂ ਮੈਨੂੰ ਤਾਂ ਲੱਗਾ ਹੀ ਸੱਚੀ ਤੂੰ ਜਾ ਚਲੋ ਛੱਡੋ ਅਤੇ ਬਾਕੀ ਗਗਨ ਦੀ ਟੋਪੀ ਇੱਥੇ ਰਹਿ ਗਈ ਸੀਗੀ ਉਹ ਅਸੀਂ ਸਹੀ ਵਰਤੋਂ 'ਚ ਲਿਆਂਦੀ ਆ ਦੇਖੋ ਛੋਟਾ ਭਾਈ ਬੈਠਾ ਗੇੜੀ ਲੈ ਲੈ ਗੇੜੀ ਲੈ ਚੱਲਦਾ ਕਿੱਦਾਂ ਗੱਡੀ ਇੱਕ ਕਹਿੰਦੇ ਆ
ਸਟੀਅਰਿੰਗ ਹਾਰਡ ਬਹੁਤ ਹੋ ਜਾਂਦਾ ਅਲੋਏ ਪਾ ਕੇ ਪਹਿਲਾਂ ਚੱਲ ਤੂੰ ਚਲਾ ਕੇ ਦੇਖ ਲੈ ਨਾ ਗੱਡੀ ਕਿ ਤੂੰ ਆਪ ਦੇਖ ਆਪਣੇ ਹੱਥੀ ਕਿਉਂਕਿ ਅਲੋਏ ਪਾਉਣ ਤੋਂ ਜਿਹੜੇ ਆਪਾਂ ਪਾਉਣੇ ਉਦੋਂ ਬਾਅਦ ਹਾਰਡ ਨਾ ਹੋ ਜਾਵੇ ਇਸ ਲਈ ਆਪਣੇ ਹੱਥੀ ਗੇੜੀ ਲਾਉਣ ਲੱਗ ਇਹ ਤਾਂ ਸਾਡਾ ਹੋਰ ਗੇੜੀ ਇਹ ਛੋਟੀ ਹੋਰ ਚਿੰਨਰ ਤੇ ਲੈ ਗਈ ਹਾਏ 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 ਟੌਰ ਉਹ ਨੰਬਰ ਵੀ ਪਰ ਬਹੁਤ ਜ਼ਿਆਦਾ ਇਸ਼ਕ ਵਾਲੀ ਗੱਲ ਕਰਾਈ ਹੋਈ ਆ ਮੁੰਡੇ ਨੇ ਰੀਝ ਵਾਲਾ ਕੰਮ ਕੋਠੀ ਬਸ ਮੈਂ ਇਹਦੇ ਵਿੱਚ ਨਾ ਗੱਡੀ ਵਾੜ ਕੇ ਪਾਰਕਿੰਗ ਦੇਖਦਾ ਸੀਗਾ ਕਿ ਗੱਡੀ ਵਧੀਆ ਚੜ੍ਹਦੀ ਆ ਉਤਰਦੀ ਆ ਬਹੁਤ ਸਮੂਦਲੀ ਗਈ ਸਮੂਦਲੀ ਹੈ ਨਾ ਹੈ ਨਾ ਖੁਸ਼ ਰਿਹਾ ਕਰ ਗੁਰਜੀਤ ਖੁਸ਼ ਤੈਨੂੰ ਖੁਸ਼ ਰਹਿਣਾ ਨਹੀਂ ਆਉਂਦਾ ਹਾਂ ਇਹ ਖੁਸ਼ ਹੈ ਖੁਸ਼ ਪਰ ਖੁਸ਼ ਰਿਹਾ ਕਰ ਕੱਲ ਤਾਂ ਉਲਟੀਆਂ ਕਰਦਾ ਜੀ ਉਹ ਯਾਰ ਵੰਡਰਲੈਂਡ ਵਾਲਾ ਬਲੌਗ ਦੇਖ ਲਿਓ ਬਾਇਓ ਚ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਫੇਰ ਨਾ ਕਿ ਉਹ ਰਹਿ ਗਏ ਹਾਏ ਮੇਰੀ ਤਵੱਚਾ ਕਰ ਏਦਾਂ ਦੀਆਂ ਆਵਾਜ਼ਾਂ ਕਿਉਂ ਕੱਢਣੀਆਂ ਪੈਂਦੀਆਂ ਤਵੱਚਾ ਬਾਰੇ ਦੱਸਣ ਨੂੰ ਉਦਾਂ ਕਹਿ ਦੋ ਜਿੱਦਾਂ ਮੈਂ ਬੋਲਦਾ ਮੇਰੀ ਤਵੱਚਾ ਦਾ ਰਾਜ ਲਕਸ ਸਾਬਣ ਏਦਾਂ ਨਹੀਂ ਬੋਲਦੀ ਇਹ ਕਹਿੰਦੀਆਂ ਮੇਰੀ ਤਵੱਚਾ ਕਰ ਰਾਜ ਲਕਸ ਸਿੱਧਾ ਕਈ ਵੀਰ ਮੈਨੂੰ ਪੁੱਛਦੇ ਵੀ ਹੁੰਦੇ ਵੀਰੇ ਐਡ ਊਡ ਘੱਟ ਕਰਦੇ ਆ ਜੇ ਤਾਂ ਤੂੰ ਐਡ ਉਹ ਵੀਰੇ ਐਡਾਂ ਬਹੁਤ ਆਈਆਂ ਪਈਆਂ ਨੇ ਮੇਰੀਆਂ ਮੀਲਾਂ ਪੜ੍ਹ ਲਿਓ ਐਡ ਹੀ ਐਡ ਵਨ ਐਕਸ ਬੈਟ ਫੋਰਾ ਬੈਟ ਪਤਾ ਨਹੀਂ ਕਿਹੜੇ ਕਿਹੜੇ ਬੈਟ ਵਿਨੋਮ ਇੱਕ ਦੂਜੇ ਕਿਹੜੇ ਕਿਹੜੇ ਸਾਰੇ ਆ ਜੋ ਲਟਰਮ ਪਟਰਮ ਸਕਿਨ ਕੇਅਰ ਪ੍ਰੋਡਕਟ ਵਾਲੇ ਅਤੇ ਸਾਰੇ ਮਸਟੈਚ ਮਸਟੂਚ ਸਾਰਾ ਕੁਛ ਪਰ ਤੀਹ ਤੀਹ ਚਾਲੀ ਐਡਾਂ ਆ ਜਿਹੜੀਆਂ ਅਲੱਗ ਅਲੱਗ ਪ੍ਰੋਡਕਟਾਂ ਦੀਆਂ ਆ ਅਤੇ ਉਹ ਕਹਿਣ ਡਏ ਆ ਕਿ ਚਾਰ ਚਾਰ ਐਡਾਂ ਕਰਾਉਣੀਆਂ ਮਹੀਨੇ 'ਚ ਨਾ ਤੁਸੀਂ ਆਪ ਸੋਚ ਲਓ ਕਿੰਨੀਆਂ ਐਡਾਂ ਬਣਦੀਆਂ ਪਰ ਮੈਂ ਨਹੀਂ ਕਰਦਾ ਯਾਰ ਕਿਉਂਕਿ ਮੈਥੋਂ ਨਹੀਂ ਬੋਲਿਆ ਜਾਂਦਾ ਮੈਂ ਉਹ ਬੋਲਦਾ ਜਿਹੜਾ ਸਕ੍ਰਿਪਟ ਤੋਂ ਬਾਹਰ ਹੋਵੇ ਸਕ੍ਰਿਪਟ ਮੈਨੂੰ ਪੜ੍ਹਨੀ ਨਹੀਂ ਆਉਂਦੀ ਸਕ੍ਰਿਪਟ ਮੈਨੂੰ ਬੋਲਣੀ ਨਹੀਂ ਆਉਂਦੀ ਮੈਂ ਸਕ੍ਰਿਪਟ ਦੇ ਨਾਲ ਨਹੀਂ ਚੱਲਦਾ ਸਮਝਦਾ ਮੈਂ ਸਕ੍ਰਿਪਟਿਡ ਕੰਮ ਕਰਦਾ ਹੀ ਨਹੀਂ ਸਮਝਦਾ ਤੂੰ ਤੂੰ ਸਮਝਿਆ ਇਹੀ ਸਕ੍ਰਿਪਟਿਡ ਕਰਨਾ ਨਹੀਂ ਕਿਉਂਕਿ ਸਾਡਾ ਇੱਦੀ 'ਚ ਵਧੀਆ ਚੱਲਣ ਡਿਆ ਦਾਲ ਫੁਲਕਾ ਦੋ ਕੁ ਬਲੌਗਾਂ 'ਚ ਮੈਂ ਕਹਿ ਕੀ ਦਿੱਤਾ ਫਲੋਪ ਬਲੌਗ ਫਲੋਕ ਫਲੋਪ ਬਲੌਗ ਫਲੋਪ ਬਲੌਗ ਇਹ ਨਾ ਸਮਝਣ ਲੱਗ ਪਿਆ ਸੱਚੀ ਫਲੋਪ ਬਲੌਗ ਆ ਸਾਡੇ ਫਲੋਪ ਸਤਨਾਮ ਸ਼੍ਰੀ ਵਾਹਿਗੁਰੂ ਸਾਡੇ ਫਲੋਪ ਬਲੌਗ ਵੀ ਨਾ ਤਕੜੇ ਤਕੜੇ ਯੂਟਿਊਬਰਾਂ ਦੇ ਹੈੱਡ ਬਲੌਗਾਂ ਤੋਂ ਉੱਪਰ ਜਾਂਦੇ ਆ ਠੀਕ ਹੈ ਜੀ ਲੱਖ ਵੀ ਤਾਂ ਫਲੋਪਾਂ ਨੂੰ ਵੀ ਮੈਂ ਕਹਿਣ ਡਿਆ 99,000 90,000 ਰਹਿ ਗਏ ਤਾਂ ਮੈਂ ਫਲੋਪ ਕਹਿਤਾ ਸੀ ਫਿਰ ਵੀ ਲੱਖ ਲੱਖ ਤਾਂ ਅਗਲੇ ਦਿਨ ਹੋ ਹੀ ਜਾਂਦਾ ਐਵੇਂ ਕਈ ਕਹਿਣ ਆਪਣੇ ਭਾਅ ਜੀ ਕੰਟੈਂਟ ਚੇਂਜ ਕਰੋ ਕੰਟੈਂਟ ਸਾਲੇ ਉਹ ਭਾਅ ਜੀ ਟੀ ਸ਼ਰਟ ਨਾ ਕੇ ਨੱਚਣ ਲੱਗ ਪਏ ਨੰਗਾ ਹੋ ਕੇ ਨੱਚੇ ਢਿੱਡ ਹਿਲਾਵੇ ਭਾਅ ਜੀ ਕੰਟੈਂਟ ਚੇਂਜ ਕਰਨ ਨੂੰ ਮੈਂ ਨਚਾ ਰਿਹਾ ਜੋ ਮੇਰੇ ਤੋਂ ਹੈਗਾ ਉਹ ਹੀ ਕਰੂੰਗਾ ਤੀਵੀਆਂ ਲਿਆਵਾਂ ਆਪਣੀਆਂ ਇੱਕ ਹੀ ਆ ਪਰ ਤੀਵੀ ਲਿਆਵਾਂ ਆਪਣੀ ਹੱਦ ਹੋ ਗਈ ਬ੍ਰੇਕ ਲਾਉਂਦੀਆਂ ਐਕਸੀਡੈਂਟ ਹੁੰਦਾ ਐ ਕਹਦੋ ਇੱਥੇ ਕਦੋਂ ਆ ਜਾਂਦੀਆਂ ਬ੍ਰੇਕ ਲਾਉਂਦੀਆਂ ਮੈਂ ਦੱਸਦਾ ਮੈਂ ਸਾਰਾ ਕੁਝ ਦੱਸਦਾ ਤੈਨੂੰ ਅੱਗੇ ਵੀ ਖਰੇ ਮੈਂ ਬਲੌਗ 'ਚ ਦੱਸਿਆ ਦੁਬਾਰਾ ਫਿਰ ਦੱਸ ਦਿੰਦਾ ਰੁਕ ਜਾਓ ਅਤੇ ਇੱਕ ਵਾਰ ਨਾ ਅਸੀਂ ਛੋਟੇ ਹੁੰਦੇ ਸੀ ਨਾ ਮੈਂ ਸਰਦਾਰ ਸਾਹਿਬ ਸਾਡੇ ਅਤੇ ਅਸੀਂ ਆਏ ਹੈ ਨਾ ਗੜੇ ਮੰਡੀ ਲੱਗਦੀ ਆ ਉੱਥੇ ਆਏ ਇੱਕ ਕੁੜੀ ਨੇ ਨਾ ਅੰਕਲ ਦੇ ਸਕੂਟਰ ਵਿੱਚ ਮਾਰਤੀ ਗੱਡੀ ਅੰਕਲ ਬੈਂਸੇ ਪੂਰਾ ਕਿਉਂਕਿ ਕਸੂਰ ਕੁੜੀ ਦਾ ਸੀ ਉਹਨੂੰ ਕਹਿੰਦਾ ਬਾਹਰ ਤਾਂ ਬਾਹਰ ਤਾਂ ਅੱਧਾ ਘੰਟਾ ਅੰਕਲ ਦਾ ਜ਼ੋਰ ਲੱਗ ਗਿਆ ਬਾਹਰ ਕੱਢਣ ਨੂੰ ਕੁੜੀ ਬਾਹਰ ਨਹੀਂ ਆਈ ਬਈ ਅੰਕਲ ਨੂੰ ਲੱਗਾ ਖਰੇ ਹੰਕਾਰੀ ਹੋਈ ਆ ਬਾਹਰ ਨਹੀਂ ਆਉਂਦੀ ਅੱਧੇ ਘੰਟੇ ਬਾਅਦ ਉਹਦਾ ਹਸਬੈਂਡ ਆਇਆ ਜਦੋਂ ਕੁੜੀ ਨੂੰ ਕੁੜੀ ਨੇ ਆਪਣੀ ਪ੍ਰੋਬਲਮ ਦੱਸੀ ਕਿ ਜਦੋਂ ਐਕਸੀਡੈਂਟ ਹੋ ਗਿਆ ਸੀ ਨਾ ਕੁੜੀ ਦਾ ਛਿੱਸੂ ਨਿਕਲ ਗਿਆ ਸੀਰੀਅਸ ਗੱਲ ਆ ਪਰਮਾਤਮਾ ਦੀ ਸਹੁੰ ਇੱਦਾਂ ਹੀ ਹੋਇਆ ਸੀਗਾ ਕਿ ਬਾਥਰੂਮ ਨਿਕਲ ਗਿਆ ਸੀ ਕੁੜੀ ਦਾ ਉਹਨੇ ਆਪਣੀ ਪ੍ਰੋਬਲਮ ਦੱਸੀ ਫਿਰ ਅੰਕਲ ਨੇ ਅੰਕਲ ਬੈਂਸ ਨੂੰ ਹਟ ਕੇ ਕਹਿੰਦਾ ਜਾ ਬੇਟੇ ਘਰ ਜਾਏ ਕੱਪੜੇ ਚੇਂਜ ਕਰ ਇਹ ਤਾਂ ਮੈਨੂੰ ਪਤਾ ਨਹੀਂ ਬ੍ਰੇਕ ਲਾ ਇੱਥੇ ਕਦੇ ਆਉਂਦੀ ਹੈ ਕਈ ਵਾਰ ਸਿਸੂ ਸੁੱਸੂ ਜੇ ਦੀ ਪ੍ਰੋਬਲਮ ਤਾਂ ਆ ਜਾਂਦੀ ਕਈਆਂ ਨੂੰ ਪਰ ਕਈ ਕੁੜੀਆਂ ਇੰਨਾ ਕੁ ਵਧੀਆ ਡਰਾਈਵ ਕਰਦੀਆਂ ਉਹ ਛੱਡ ਗੱਲਾਂ ਤੋਂ ਆਫ ਰੋਡਿੰਗ ਕਰਦੀਆਂ ਭਰਾਵਾ ਐਵੇਂ ਵੀ ਨਾ ਕਹਿਣ ਲੱਗ ਪਾਉਣਾ ਕੁੜੀਆਂ ਦੇ ਦੋਵਾਲੇ ਹੋ ਗਏ ਕੁੜੀਆਂ ਦੇ ਦੋਵਾਲੇ ਇਸ ਲਈ ਕਹਿੰਦੇ ਕੁੜੀਆਂ ਤਾਂ ਕਈ ਇੰਨੀਆਂ ਵਧੀਆ ਡਰਾਈਵ ਕਰਦੀਆਂ ਛੱਡ ਗੱਲਾਂ ਤੋਂ ਉਦੋਂ ਹਾਂ ਐਕਟਿਵਾ ਚਲਾਉਂਦੇ ਹੋ ਪੈਰ ਬਾਹਰ ਇੱਦਾਂ ਕੱਢਦੇ ਤਾਂ ਜਹਾਜ਼ ਦੇ ਟਾਇਰ ਨਿਕਲਦੇ ਹੁੰਦੇ ਆ ਇਹ ਪਤਾ ਨਹੀਂ
ਕਦੇ ਵੀ ਚੈੱਕ ਕਰ ਲਿਓ ਜਿਹੜੀ ਕੁੜੀ ਐਕਟਿਵਾ ਤੇ ਚਲਾਉਂਦੀ ਹੈ ਨਾ ਜ਼ਿਆਦਾ ਐਕਟਿਵਾ ਉਹਦੇ ਬ੍ਰੇਕਾਂ ਘੱਟ ਕਸੀਆਂ ਹੋਣਗੀਆਂ ਤੇ ਜਿਹੜੇ ਉਹ ਸੈਂਡਲ ਪਾ ਕੇ ਜਾਂਦੇ ਉਹ ਜ਼ਿਆਦਾ ਉਹਦੀ ਅੱਡੀਆਂ ਕਿਉਂਕਿ ਬ੍ਰੇਕ ਤਾਂ ਆਪਾਂ ਯੂਜ਼ ਕਰਨੀ ਨਹੀਂ ਜਦੋਂ ਲਾਲ ਲੈਟ ਜਾਂ ਮੂਹਰੇ ਸਕੂਟਰ ਦੇਖਿਆ ਅੱਡੀਆਂ ਤਾਂ ਉਹਦੀਆਂ ਵੀ ਸੈਂਡਲ ਦੀਆਂ ਵੀ ਘੀਸੀਆਂ ਨਿਕਲੀਆਂ ਹੁੰਦੀਆਂ ਕਈ ਸੈਂਟ ਲਾ ਕੇ ਕੱਢਣ ਡੇ ਹੁੰਦੇ ਰਾਤ ਨੂੰ ਕਦੀ ਵੀ ਦੇਖੋ ਕੁੜੀ ਰਾਤ ਨੂੰ ਬ੍ਰੇਕ ਮਾਰੂਗੀ ਨਾ ਸੈਂਡਲਾਂ ਚੋਂ ਅੱਗ ਨਿਕਲਦੀ ਹੁੰਦੀ ਥੱਲੇ ਮਾੜੀ ਮੋਟੀ ਪੱਤੀ ਕਈਆਂ ਦੇ ਹੁੰਦੀ ਨਾ ਖਰ ਜ਼ਮੀਨ ਨਾ ਕਿ ਜੜਦੇ ਕਈਆਂ ਨੇ ਹੁਣ ਉੱਚੀ ਅੱਡੀ ਪਾਉਣੀ ਸ਼ੁਰੂ ਕਰਤੀ ਕਿਉਂਕਿ ਉਹਨੇ ਵਧੀਆ ਬ੍ਰੇਕ ਵੱਜਦੀ ਮੈਂ ਸੁਣਿਆ ਸੀਗਾ ਤੂੰ ਬਾਕੀ ਤੈਨੂੰ ਪਤਾ ਹੋਣਾ ਤੂੰ ਸਹੇਲੀ ਨੂੰ ਪੁੱਛ ਲਈ ਭਰਾਵਾ ਸਾਰੀਆਂ ਕੁੜੀਆਂ ਬਾਰੇ ਨਹੀਂ ਮੈਂ ਕਹਿਣ ਡਿਆ ਮੈਂ ਟਿੱਚਰਾਂ ਕਰਦਾ ਇਹ ਹੁਣ ਕਈ ਕਈਆਂ ਨੇ ਬਾਹਲੇ ਸਿਆਣਿਆਂ ਨੇ ਕਹਿਣਾ ਕੁੜੀਆਂ ਨੂੰ ਇੱਦਾਂ ਬੋਲ ਭਰਾਵਾ ਕਈ ਕੁੜੀਆਂ ਪਹਿਲਾਂ ਹੀ ਮੈਂ ਕਹਿ ਦੇਵਾਂ ਭਰਾਵਾ ਕਈ ਕੁੜੀਆਂ ਵਧੀਆ ਚਲਾਉਂਦੀਆਂ ਚਲੋ ਭਰਾਵਾ ਮੈਂ ਕਿਹਾ ਐਵੇਂ ਮਜ਼ਾਕ ਨਾ ਮਜ਼ਾਕ ਰਹਿ ਗਿਆ ਕਈ ਕੁੜੀਆਂ ਬਹੁਤ ਵਧੀਆ ਡਰਾਈਵਰੀ ਕਰਦੀਆਂ ਆ ਭਾਵਾਂ ਉਹ ਗੱਡੀ ਚਲਾਉਂਦੀਆਂ ਆਫ ਰੋਡਿੰਗ ਕਰਦੀਆਂ ਮੈਂ ਦੇਖਿਆ ਨਾ ਮੈਂ ਵੀਡੀਓਜ਼ ਦੇਖਦਾ ਨਾ ਕੁੜੀ ਆ ਆਫ ਰੋਡਿੰਗ ਕਰਦੀ ਭਰਾਵਾ ਬੜੀ ਅੱਤ ਕਰਾਉਂਦੀ ਆ ਅਤੇ ਇੰਡੀਅਨ ਨਹੀਂ ਆ ਉਹ ਮਤਲਬ ਬਾਹਰਲੇ ਆ ਬਟ ਉਹਦਾ ਕਹਿਣ ਤੋਂ ਭਾਵ ਆ ਕਿ ਕਈ ਗੱਡੀਆਂ ਕੁੜੀਆਂ ਗੱਡੀਆਂ ਨਹੀਂ ਕਈ ਕੁੜੀਆਂ ਗੱਡੀ ਬਹੁਤ ਵਧੀਆ ਚਲਾਉਂਦੀਆਂ ਆ ਪਰ ਕਈਆਂ ਨੂੰ ਪ੍ਰੋਬਲਮ ਆ ਜਾਂਦੀ ਆ ਮੁੰਡਿਆਂ ਨੂੰ ਵੀ ਆ ਜਾਂਦੀ ਇਹ ਇਹ ਕੋਈ ਗੱਲ ਨਹੀਂ ਮੁੰਡਿਆਂ ਨੂੰ ਵੀ ਆ ਜਾਂਦੀ ਆ ਮੈਂ ਕਿਹਾ ਮਤਲਬ ਕਿਦਾਂ ਮੁੰਡਿਆਂ ਦੇ ਲੈਵਲ ਦੀਆਂ ਆਪਣੇ ਰੋਡ ਬਣੇ ਹਨ ਕੁੜੀਆਂ ਦੇ ਲੈਵਲ ਦੇ ਰੋਡ ਨਹੀਂ ਬਣੇ ਕਿਉਂ ਸਹੀ ਗੱਲ ਹੈ ਸਹੀ ਗੱਲ ਸਹੀ ਆ ਯਾਰ ਇਹ ਨਾ ਇੰਡੀਆ ਵਿੱਚ ਮੈਂ ਇੱਕ ਗੱਲ ਦੇਖੀ ਆ ਕੁੜੀਆਂ ਨੂੰ ਬਰਾਬਰ ਹੀ ਨਹੀਂ ਦਿੰਦੇ ਉਹਨਾਂ ਦੇ ਸਟਾਈਲ ਦੇ ਵੀ ਰੋਡ ਬਣਾਓ ਨਾ ਜਿਹਨਾਂ ਸੈਂਡਲ ਨਾਲ ਪੜਕ ਦੇਣੀ ਰੋਡ ਉੱਪਰ ਇੱਕ ਵਜੇ ਕੁੜੀਆਂ ਨੇ ਤਾਂ ਮਤਲਬ ਕਿਦਾਂ ਰੇਲ ਗੱਡੀ ਨਹੀਂ ਪਿੱਛੋਂ ਕਿਲੋਮੀਟਰ ਤੋਂ ਉੱਤੇ ਕਰ ਦਿੰਦੀ ਕੁੜੀਆਂ ਨੇ ਕਿਲੋਮੀਟਰ ਤੋਂ ਪੈਰ ਲਾਉਣੇ ਹੋਣੇ ਸੋਰੀ ਮੇਰੀ ਉਹ ਭੈਣ ਗੁੱਸਾ ਨਾ ਕਰਿਓ ਐਵੇਂ ਗਾਲਾਂ ਨੂੰ ਗਾਲਾਂ ਨਾ ਕੱਢਣ ਲੱਗ ਪਿਓ ਥੱਲੇ ਉਹ ਰਾਮ ਜਾ ਦਿਆ ਕੀ ਬੋਲਦਾ ਤੇਰੇ ਘਰੇ ਧੀ ਭੈਣ ਹੈ ਨੀ ਸਾਰਾ ਕੁਛ ਹੈਗਾ ਆ ਭੈਣ ਹੈ ਨੀ ਧੀ ਹੈਗੀ ਆ ਇਸ ਕਰਕੇ ਏਦਾਂ ਨਾ ਬੋਲੇ ਟਿੱਚਰਾਂ ਕਰਦਾ ਆਪਣਾ ਹੈਲੋ ਭਰਾ ਮੈਨੂੰ ਕਹਿੰਦਾ ਮੈਂ ਤੁਹਾਡੇ ਬਲੌਗ ਦੇਖਦਾ ਪੂਰੇ ਕਹਿੰਦਾ ਮੈਨੂੰ ਪਤਾ ਤੁਸੀਂ 3600 ਵਾਲੇ ਆ ਆ ਗਿਆ ਬਈ ਅਤੇ ਮੇਰੇ ਮਿੱਤਰੋ ਮੇਰੇ ਵੇਲੀਓ ਮੇਰੇ ਯਾਰੋ ਦੋਸਤੋ ਆਹ ਵੀਰਾ ਲੱਗਾ ਹੋਇਆ ਆਪਣੇ ਕੰਮ ਅਤੇ ਮੈਂ ਵਿੱਚ ਵਿਘਨ ਨਹੀਂ ਪਾਉਣਾ ਅਸੀਂ ਅੱਗੇ ਵੱਧਦੇ ਹੋਏ ਸਰਦਾਰ ਸਾਹਿਬ ਵੀ ਕੰਮ ਕਰ ਰਹੇ ਆ ਅਤੇ ਹੋਰ ਵੀਰੇ ਅਤੇ ਬਾਕੀ ਉੱਧਰ ਵੀ ਵੀਰੇ ਕੰਮ ਕਰਦੇ ਹੋਏ ਆਪਾਂ ਆਪਣੀ ਗੱਡੀ 'ਤੇ ਲਾਏ ਦੇਖੀ ਯਾਰ ਵਾਧੂ ਗੱਲ ਨਾ ਕਰਦੇ ਹੋਏ ਕਿਆ ਬਾਤ ਹੈ ਕਹਿੰਦੇ ਲੋਏ ਹੀ ਲੋਏ ਪਏ ਮੇਰੇ ਵੀਰਿਓ ਉਹ ਬਈ ਆਪਾਂ ਜ਼ਿਆਦਾ ਵੱਡੇ ਨਹੀਂ ਪਵਾਉਣੇ ਆ ਟਾਇਰ ਕਿਉਂਕਿ ਆਪਾਂ ਪਵਾਉਣੇ ਆ 24 ਇੰਚ 24 ਹੈਗੇ ਵੀਰੇ 22 ਸੋਰੀ 22 ਚੈੱਕ ਕਰਾ ਦੇ ਚਲੋ ਇੱਥੇ 22 ਆ 22 ਚੈੱਕ ਕਰ ਲੈਂਦੇ ਹਾਂ ਆਹ ਕਰੀਏ ਚੈੱਕ ਪਹਿਲਾਂ ਵੀਰੇ ਆਹ ਚੜਾ ਟਾਇਰ ਦਿਖਾ ਆਹ ਵੀਰੇ ਇਹਦੀ ਕੀ ਗਰੰਟੀ ਹੈ ਪਹਿਲਾਂ ਆਪਣੇ ਡਰਾਈਵਰ ਨੂੰ ਵੈਸੇ ਪਏ ਹੋਏ ਆ ਇੱਦਾਂ ਦੀ ਚੀਜ਼ ਸੀ ਇਹਦੀ ਕੀ ਗਰੰਟੀ ਚਮਕ ਦੀ ਗਰੰਟੀ ਹੈਗੀ ਇਹਦੀ ਸਰ ਜੀ ਇਹਦੀ ਵਾਰੰਟੀ ਨਹੀਂ ਆਉਂਦਾ ਜੀ ਇਹਦੀ ਨਹੀਂ ਆਉਂਦੀ ਨਾ ਯਾਰ ਮੈਂ ਵੀ ਇਹ ਗਲਤੀ ਕਰ ਚੁੱਕਾ ਆ ਵੀ 22 ਚ ਹੈਗਾ ਵੀਰੇ 20 ਹੈ 22 ਇਹ 22 ਸਰ ਲੰਗੋ ਜੀ ਤੇ ਆ ਸਾਰੇ 22 ਆ ਨਾ 24 ਹੈ ਨਹੀਂ ਇੱਥੇ ਯਾਰ ਜਲੰਧਰ ਚ ਯਾਰ ਆ ਗਲਤ ਹੋ ਜਾਂਦਾ 24 ਫਿਰ ਆਰਡਰ ਤੇ ਆਰਡਰ ਤੇ ਆ ਉਹ ਤਾਂ ਫਿਰ ਲੁਧਿਆਣੇ ਬੰਦਾ ਜਾਇਆ ਓਏ ਤੇ ਆ ਦੇਖ ਵੀਰੇ ਕੱਟ ਇਹ 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 ਸੋਹਣੇ ਆ ਚਲੋ ਚਲੋ ਬਾਹਰ ਚਲੀਏ ਟਾਇਰ ਵੀ ਦੇਖ ਲਈਏ ਟਾਇਰ ਵੀ ਦਿਖਾ ਦਿਓ ਚਲੋ ਠੀਕ ਹੈ ਵੀਰੇ ਲੈ ਬਈ ਅਲੋਏ ਦੇਖਿਓ ਇੱਕ ਵਾਰ ਮੈਂ ਤਾਂ 24 ਪਾਉਣੇ ਸੀ ਮੈਂ ਫੋਰਚੂਨਰ ਨੂੰ ਕਿਉਂਕਿ ਪਰ ਦੇਖਦੇ ਹਾਂ ਪਹਿਲਾਂ 22 ਪਵਾ ਕੇ ਜੇ ਬਾਅਦ 'ਚ 24 ਪਵਾਉਣਾ ਤਾਂ 24 ਮੰਗਾ ਦੂੰਗੇ ਤੁਸੀਂ ਮੈਂ ਦੇਖਣਾ ਜੇ ਬਾਹਰ ਨੂੰ ਵਧੀਆ ਲੱਗਾ ਫਿਰ ਤਾਂ ਠੀਕ ਆ ਜੇ ਜ਼ਿਆਦਾ ਖਾਸ ਨਾ ਲੱਗਾ ਫਿਰ 24 ਮੰਗਾਉਣਾ ਪੈਣਾ ਬਾਹਰ ਨੂੰ ਕਰਨਾ ਚਾਹੁੰਦੇ ਹਾਂ ਬਾਹਰ ਨੂੰ ਮਾੜਾ ਹੋਵੇ ਨਾ ਮਾੜਾ ਲੁੱਕ ਜੀ ਘੈਂਟ ਬਾਹਰ ਨੂੰ ਹੀ ਆਉਂਦੀ ਆ ਸਮਝਦੇ ਬਾਹਰ ਨੂੰ ਵੀ ਹੋਵੇ ਉੱਦਾਂ ਵੀ ਪ੍ਰੋਫਾਈਲ ਵੀ ਠੀਕ ਹੋਵੇ ਉਹ ਵੀਰੇ ਟਾਇਰ ਹੁਣ ਸਿਲੈਕਟ ਕਰ ਰਹੇ ਹਾਂ ਤਿੰਨ ਸੌ ਪੰਜ ਆਹ ਬਣੀ ਗੱਲ ਆਹ ਜ਼ਿਆਦਾ ਸਹੀ ਹੈ ਨਾ ਗਰੰਟੀ ਵਰੰਟੀ ਕੁਛ ਹੈਗੀ ਇਹਨਾਂ ਦੀ ਗਰੰਟੀ ਵਰੰਟੀ ਸਰ ਜੀ ਇਸ ਤਰ੍ਹਾਂ ਹੋਊਗਾ ਫੁੱਲਣ ਦੀ ਵਰੰਟੀ ਸਾਰੇ ਦੇ ਹੋਵੇ ਜੀ ਹਾਂ ਫੁੱਲਣ ਦੀ ਹੋਰ ਬਸ ਕੱਟ ਵੱਟ ਦੀ ਕੋਈ ਨਹੀਂ ਜਮਾ ਹੀ ਨਹੀਂ ਇੱਥੋਂ ਜਾਂਦੇ ਵੀ
चल पा के चेक कर दे भरावा बाद तोर नहीं मैं गड्डी चल वीरे आ आ पा आया एक और वीरे आ गया आ गया मतलब ओरिजिनल चल फिर आ कर दे लो भी मेरे वीरियो पहलों की लुक देख लो यदि बाद दिखा ही देना कि लगती है पहलों इन अपने जो जो आप पवाए थे ना उदो ये बहुत घेंट लगते इन्हों का भी ट्रेंड जहा रहा है बाकी हम बहुत डिमांड आ रही थी डिमांड छोड़ो बंदे का अपना भी कोई मन होंगे मेरा मन करता ही चेंज कराने बाकी मैं ना जो पसंद आए ठीक है नहीं पाने आप 24 आ ये गड्डी शिंगार लीए क्योंकि दूजी बेच के तो आप होर लिया केड़ी लैनी मेरे वीरियो कहते जी वैगन लैनी आ लुधियाने जाना पैना मेरे वीरियो तू लेट हो गया बोलने की कहने बहुत खरी चीज है क्या बात है चेक कर देना पाए घंट लगन नहीं तो 24 फिर लुधियाने चल जाएंगे एड्डी थोड़ी गल है चेक करने जी हाँ हाँ ओही काम दोनी करया मैं दोनी नाले उत्थे सारियां एजेंसियां आया लुधियाने सगो अपने नालों ज्यादा एजेंसियां इत्थे है नहीं कोई भी मैं लगता रेंज रोवर फिर लैंड क्रूजर की भी उत्थे ही आ कहंदे देखो वीरो मेरे ओ टायर पवाते नवे टायर कहंदे मेरा वीरा इधर नूं आउण लगा ही हस के आउण ही मुड़ गया वीरो देखो यार टोर निकलती गड्डी की टोर हाय 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 मैं चक्की गई हाय मैं चक्की गई बू मैनु चक लिया बू मैनु चक लिया मेरा भाई चाय पूछ रहा है ना पिलाओ यार आपकी दुकान में आए स्वागत करो बिस्कुट भी लेकर आओ कौन आया कौन आया कहते कौन आ गया कहते प्रभ सियान आ गया ओ मेरे वीरो आरवी येर के ला गया वीरो गड्डी ओए अकला तीन ने पंज करती ओए बाकी टायर देख लो ए तो बड़ा अंदर नु चल गया पहले सगो बाहर नु आ के आंदा दिन जी अगर बाहर आऊंगा एदे ना बाहर रहूंगा ਇਹ ਪਾ ਕੇ ਚੈੱਕ ਕਰਾ ਯਾਰ ਬਾਹਰ ਨੂੰ ਚਾਹੀਦਾ ਆਪਾਂ ਨੂੰ ਹੋਰ ਪਾ ਜੀ ਆ ਬਾਈ ਜੀ ਆ ਤੇ 20 ਨਹੀਂ ਬਾਹਰ ਆ ਜੂ ਆਪਾਂ ਨੂੰ ਬਾਹਰ ਚਾਹੀਦਾ ਕੋਈ ਚੱਕਰ ਨਹੀਂ 20 ਹੋਵੇ 15 ਵਾਲਾ 18 ਹੋਵੇ ਚਲੋ ਠੀਕ ਹੈ ਹਾਂ ਬਾਕੀ ਆ ਪਰ ਟਾਇਰ ਸੋਹਣਾ ਲੱਗਦਾ 20 22 ਇੰਚ ਦੇਖ ਲਓ ਇਹ ਪਰ 22 ਇੰਚ ਆਪਣੀ ਗੱਡੀ ਨੂੰ ਸਜਿਆ ਨਹੀਂ ਜਮਾ ਹੀ ਨਹੀਂ ਪਰ ਹੋਈ ਵੀਡੀਓ ਜੀ ਦੇਖ ਲਓ ਕੀ ਗੱਲ ਬਣੀ ਕੁਛ ਵੀ ਨਹੀਂ ਲੰਡੀ ਜੀ ਲੱਗਦੀ ਆ ਉਦਾਂ ਸੋਹਣੀ ਲੱਗਦੀ ਉਦਾਂ ਲੱਗਦੀ ਕਿ ਹੈ ਵੀ ਗੱਡੀ 'ਚ ਗੱਲਬਾਤ ਇੱਧਰੋਂ ਦੇਖੋ ਨਾ ਇੱਧਰ ਆ 20 ਇੰਚ ਹੀ ਦੇਖ ਲਓ ਸੌਰੀ 22 ਇੰਚ ਤਾਂ ਇੱਧਰ ਦੇਖ ਲਓ ਇਹ ਤਾਂ ਲੱਗਦੀ ਵੀ ਹੈ ਨਾ ਕਿ ਹਾਂ ਵੀ ਗੱਲਬਾਤ ਹੈਗੀ ਆ ਜਿੱਦਾਂ ਦੀ ਮਰਜ਼ੀ ਆ ਭਾਵੇਂ ਅਲੱਗ ਲੱਗਦੇ ਪਰ ਆਹ ਤਾਂ ਵੇੜਾ ਹੀ ਪੈ ਗਿਆ ਓ ਮਾਈ ਗੋਡ ਅੰਕਲ ਥੈਂਕ ਯੂ ਫੋਰ ਟੀ ਅੰਕਲ ਜੀ ਬਹੁਤ ਇਹਦੀ ਚਾਹ ਦੇ ਬਿਨਾਂ ਚੱਲਦੀ ਨਹੀਂ ਅੰਕਲ ਗੱਡੀ ਸੌਂ ਲੱਗੇ नहीं चलती वाकई झूठ थोड़ा बोलता अंकल मैं झूठ कहते बोलना ना ना इदा लगन दिया जो गड्डी ना कोई मजाक हो रहा कलोलना हो रही ये तो यार बाला 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 होर तरह लगता टायर यार बाला बाला कह की कहवा यार इधर आके तो गलबात लगती भी ना है फॉर्चूनर गड़ी है इधर आके तो लगता कलोल हो गई मित्रों वीरियो बह के चाह पीने मेरे सज्जनों है ना ओके ना कड़ा पीता यार गल बनी लगी जा बनी गल आमले ना देखो जी आ भी पवा के देखिया पर वो टायर छोटा हो जाता है बड़ा छोटा लगन दिया यार कोई होर हल करना पैना बिच स्पेसर पाने पैने यार ये पावे आ सोने ये नहीं ये फिर ਕਿੱਥੋਂ ਪਊਗੀ ਉਹ ਹੱਬ ਜੀ ਉੱਥੋਂ ਚੱਲ ਜਾ ਮੈਂ ਚੱਲ ਵੀਰੇ ਆ ਲਾ ਦੇ ਫਿਰ ਦੁਬਾਰੋਂ ਆਉਣੇ ਹੋਰ ਕੀ ਕਰੀਏ ਯਾਰ ਇੱਦਾਂ ਤਾਂ ਗੱਲ ਨਹੀਂ ਬਣਦੀ ਤੂੰ ਦੱਸ ਦੇ ਮੈਂ ਪਵਾ ਲਿਆ ਮੈਂ ਹੁਣੇ ਪਵਾ ਹੁਣੇ ਪੈ ਜਾਊ ਇਹਨਾਂ ਲੈ ਕੇ ਜਾਣਾ ਪੈਣਾ
ਭਾਈ ਕਹਿੰਦਾ ਆ ਕਹਿੰਦਾ ਪਹਿਲਾਂ ਟਾਇਰ ਪਵਾ ਲਓ ਫਿਰ ਬਾਅਦ ਚ ਹੱਬ ਜੀ ਪਵਾ ਲਿਓ ਪਰ ਜੇ ਆਪਾਂ ਏਦਾਂ ਹੀ ਇੱਥੋਂ ਗਏ ਦੇਖੋ ਕਿੱਦਾਂ ਦਾ ਲੱਗਣ ਡਿਆ ਫਿਰ ਬਾਅਦ ਚ ਉਹ ਉਹਨਾਂ ਵੇ ਨਾ ਗੱਲ ਬਣੇ ਫਿਰ ਤਾਂ ਆਪਣਾ ਨੁਕਸਾਨ ਹੀ ਹੈ ਨਾਲੇ ਕਿਉਂਕਿ ਇੱਥੋਂ ਬਾਹਰ ਨਿਕਲ ਗਏ ਕੋਈ ਗਰੰਟੀ ਹੈ ਨਹੀਂ ਇੱਥੇ ਗਰੰਟੀ ਨਹੀਂ ਵੀਰੇ ਜੇ ਪਸੰਦ ਨਾ ਆਵੇ ਫਿਰ ਥੋੜੋ ਵਾਪਸ ਹੋ ਜੂ ਹੋਰ ਜੀ ਮਹਾਰਾਜ ਪੜ ਕੇ ਆ ਗਏ ਹੈਲੋ ਅੱਜ ਬੁਲਟ ਤੇ ਸੀ ਅੱਜ ਕੀ ਚੱਕਰ ਪੈ ਗਿਆ ਬੁਲਟ ਤੇ ਆ ਗਏ ਜਿਆਦਾ ਆ ਇਹਨੂੰ ਕੱਲ ਨੂੰ ਪਰਸੋਂ ਨੂੰ ਤਿਆਰ ਹੋਣਾ ਕਿਹੜਾ ਕਲਰ ਹੋਣਾ ਬਲੈਕ ਬਣਾਉਣਾ ਤੇਰੇ ਨਾਲ ਦਾ ਚੱਲ ਠੀਕ ਆ ਮੁੰਡਾ ਬੋਲਟਾ ਵਾਲਾ ਘੱਟ ਚਲਾਉਂਦਾ ਕਹਿੰਦਾ ਮੈਨੂੰ ਉਹ ਵਾਲਾ ਪਸੰਦ ਆ ਉਹਦੀ ਲੁੱਕ ਮੈਂ ਕਿਹਾ ਉਹੀ ਬਣਾ ਦਿੰਦੇ ਯਾਰ ਇਹ ਕਿਹੜੀ ਗੱਲ ਆ ਆਵਾਜ਼ ਇਹਦੀ ਜ਼ਿਆਦੀ ਘੈਂਟ ਆ ਚੱਲ ਕੋਈ ਨਾ ਇੱਧਰ ਦੇਖ ਕੀ ਬਣਿਆ ਇੱਧਰ ਆ ਕੇ ਹੱਸ ਲਾ ਥੋੜ੍ਹਾ ਜਿਹਾ ਸਾਈਡ 'ਤੇ ਕਰ ਲਾ ਪਹਿਲਾਂ ਪਿਛਲੇ 22 ਇੰਚ ਆ ਆਏ ਪਸੰਦ ਤੈਨੂੰ ਓਏ ਨਾ ਚੱਲ ਆਇਆ ਉੱਤਰ ਕੇ ਦੇਖ ਲਾ ਦੇ ਇਹਨੂੰ ਸਾਈਡ 'ਤੇ ਦੇਖ ਲੋ ਯਾਰ ਮਜ਼ਾਕ ਨਾ ਮਜ਼ਾਕ ਰਿਹਾ ਦੂਰੋਂ ਦੇਖ ਲਓ ਗੱਡੀ ਨੂੰ ਕੀ ਬਣ ਗਿਆ ਤੇ ਵੀਰੇ ਹੁਣੀ ਕਹਿੰਦੇ ਆ ਕਹਿੰਦੇ ਆਹ ਜਿਹੜੇ ਦੋ ਟਾਇਰ ਆ ਕਾਹ ਤੇ ਕਾਹ ਜੇ ਇਹ ਪਵਾਵਾਂਗੇ ਤਾਂ ਮਾੜੀ ਕੁ ਬਾਹਰ ਨੂੰ ਆਊਗਾ ਤੇ ਵੀਰੇ ਇਹ 22 ਆ ਪਾ ਯਾਰ ਪਾ ਕੇ ਆਹ ਵਾਲਾ ਚੈੱਕ ਕਰਾ ਦੇ ਮੇਰਾ ਡਾਰਲਿੰਗ ਚਲੋ ਬਾਹਰ ਗਾਹ ਚਲੋ ਹੁਣ ਵੀਰੇ ਹੁਣੀ ਟਾਇਰ ਕੱਢ ਕੇ ਲਿਆਏ ਆ ਓਏ ਹੋਏ ਹੋਏ ਛਨ 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 ਓਏ ਬੁੱਗੇ ਬਸ ਕਰ ਓ ਬਸ ਕਰ ਛੋਟੇ ਭਾਈ ਗਲਤੀ ਹੋ ਗਈ ਸਾਡੇ ਤੋਂ ਕੋਈ ਮਾਫ਼ੀ ਮੰਗਾ ਲਾ ਗੋਡੀ ਹੱਥ ਲਵਾ ਲਾ ਆਹ ਟਾਇਰ ਵੀ ਰਹਾਂ ਕੱਢ ਕੇ ਲਿਆਇਆ ਅਤੇ ਇਹ ਉਹਦੇ ਨਾਲ ਉੱਚਾ ਵੀ ਆ ਅਤੇ ਚੌੜਾ ਵੀ ਆ ਵੀਰੇ ਚਲੋ ਵੀਰੇ ਆਹ ਪਾ ਕੇ ਦਿਖਾ ਦਿਓ ਹੁਣ ਜੇ ਗੱਲ ਬਣ ਜਾਵੇ ਤਾਂ ਵਾਹਿਗੁਰੂ ਮਿਹਰ ਕਰੇ ਇਹ ਕਿੰਨੇ ਦਾ ਟਾਇਰ ਹੈ ਕਿੰਨਾ ਦੱਸ ਦੇ ਪਹਿਲਾਂ ਦੱਸ ਦਿਓ ਰੇਟ ਨਹੀਂ ਦੱਸਦੇ ਚੱਲ ਠੀਕ ਹੈ ਰੇਟ ਪਤਾ ਕਰ ਲਓ ਨਾ ਫੇ ਹੀ ਆ ਜਾ ਨਾ ਤੂੰ ਚੱਲਾਂ ਧਿਆਨ ਨਾ ਜਾ ਫਿਰ ਕੋਈ ਤੂੰ ਜਾ ਨਾਕਾ ਤੂੰ ਨੰਬਰ ਹੈ ਨੀ ਗਾ ਦੇ ਬਚ ਕੇ ਚਲਦੀ ਅੱਜ ਬਚ ਕੇ ਕੱਲ ਨੂੰ ਤੈਨੂੰ ਐਨ ਸਲਾਂਸਰ ਵੀ ਤੇਰਾ ਬੰਦ ਕਰਾ ਦੇਣਾ ਤੇਰੇ ਸਦਕੇ ਜੱਟਾ ਕੀਤੀ ਨਾ ਗੱਲ ਬੁਲਟ ਤੂੰ ਕਹਿ ਮਾਮਾ ਬੌਂਡ ਹੋ ਜਾਵੇ ਦੂਜਾ ਲੈ ਆਵਾਂਗੇ ਛੰਗ ਕਦੇ ਜਾਨੀ ਹੁੰਦੀ ਆ ਨਾ ਚੰਗਿਆ ਕਰ ਜਾ ਜਲਦੀ ਪਹੁੰਚ ਕੇ ਫੋਨ ਕਰ ਦੇ ਜੇ ਲੋੜ ਪਈ ਪਤਾ ਵੀ ਫੋਨ ਕਰਦੇ ਗੱਲ ਅੱਜ ਕਿੱਦਾਂ ਮੇਰੇ ਭਰਾ ਆਈਲੈਂਡਸ ਵਾਲੇ ਲੱਗਦੇ ਆ ਇਹ ਚੋਬਰ ਆਈਲੈਂਡਸ ਵਾਲੇ ਵੀਰੇ ਕਿਆ ਬਾਤ ਹੈ ਕਿਹੜੇ ਕਿਹੜੇ ਇੰਸਟੀਚਿਊਟ ਤੋਂ ਆ ਚਲੋ ਮੈਂ ਇਹਨਾਂ ਨੇ ਕੀ ਦੱਸਣਾ ਮੈਂ ਦੇਖਦਾ ਮੈਨੂੰ ਤਾਂ ਲੱਗਦਾ ਵੀਜ਼ਾ ਵੂਜਾ ਆ ਗਿਆ ਮੁੰਡੇ ਦਾ ਡਾਊਨ ਟੂ ਅਰਥ ਥੱਲੇ ਤਾਂ ਬਿਠਾਇਆ ਅਰਥ ਤੇ ਤਾਂ ਲਾਇਆ ਪਿਆ ਜਦੋਂ ਇਹਦੇ ਗਾਣੇ ਆ ਗਏ ਉਦੋਂ ਤਾਂ ਧਰਤੀ ਨੇ ਜੁੜ ਜਾਣਾ ਮਾੜਾ ਸਪੋਰਟ ਕਰਿਓ ਵੈਸੇ ਯਾਰ ਧਰਤੀ ਨੇ ਜੁੜਨਾ ਆਪਾਂ ਅੰਬਰਾਂ ਤੇ ਹੋਣਾ ਕਿਹੜੀ ਗੱਲ ਕਰਤੀ ਯਾਰ ਆਪਣੇ ਕੱਲ ਵਾਲੀ ਵੀਡੀਓ ਵਾਂਗੂ ਹਾਂ ਕੱਲ ਤੂੰ ਨੀ ਅਤਕ ਰਹੀ ਕੱਲ ਇਹਨੇ ਵੀ ਬਹੁਤ ਅਤਕ ਰਹੀ ਜਾ ਟਿਨ ਦਾ ਸਕਾਈ ਬ੍ਰੋ ਕੱਲ ਤੇਰਾ ਕੀ ਹੋ ਗਿਆ ਪਿਛਕ ਗਿਆ ਆਈ ਤੂੰ ਭਾਜੀ ਮੈਂ ਅੱਜ ਵੀ ਉਦਾਂ ਹੀ ਰਿਹਾ ਭਾਜੀ ਸਾਹਿਬ ਮੈਂ ਅੱਜ ਵੀ ਪਿਛਕ ਗਿਆ ਐ ਲੱਗੀ ਐ ਹੀ ਆ ਭਾਜੀ ਅੱਜ ਵੀ ਰੋਣ ਦਾ ਰੱਬ ਸੁੱਤਾ ਮੈਨੂੰ ਕਿਤੇ ਰੱਖ ਜਾਣਾ ਆਪਾਂ ਇਹਨੇ ਵੀ ਸਵੇਰੇ ਜਦੋਂ ਫੋਨ ਕੀਤਾ ਨਾ ਭਾਜੀ ਆਇਆ ਕਹਿੰਦਾ ਮੇਰਾ ਬਹੁਤ ਬੁਰਾ ਹਾਲ ਆ ਕਿਉਂ ਬੁਰਾ ਹਾਲ ਸੀ ਤੇਰਾ ਪਤਾ ਹੀ ਨਹੀਂ ਯਾਰ ਚੱਕਰ ਆਈ ਜਾਂ ਮੈਂ ਪੱਠੇ ਵੱਡਾ ਭਾਈ ਆਇਆ ਹੁਣ ਯਾਰ ਕਿ ਜੇ ਕਿਸੇ ਨੇ ਪੁਰਾਣੀ ਵੀਡੀਓ ਨਹੀਂ ਦੇਖੀ ਫੇਰ ਕਹਿੰਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਆ ਦੇਖ ਲਓ ਉੱਥੇ ਕੀ ਹਾਲ ਹੋਇਆ ਇਹਦਾ ਵੰਡਰਲੈਂਡ ਆਹ ਤਾਂ ਤੁਹਾਨੂੰ ਦਿਖਾ ਹੀ ਦਿੱਤਾ ਸੀਗਾ ਤੇ ਹੁਣ ਵੈਸੇ ਆਹ ਉਦੋਂ ਉੱਚਾ ਆ ਪਰ ਟਾਇਰ ਨਾ ਉਦੋਂ ਬਾਹਰ ਨਹੀਂ ਆਇਆ ਯਾਰ ਗੱਲ ਜਿਹੜੀ ਬਣਨੀ ਚਾਹੀਦੀ ਉਹ ਬਣਦੀ ਨਹੀਂ ਗੀ ਵੇਟ ਕਰਿਓ ਮੈਂ ਤੁਹਾਨੂੰ ਦਿਖਾਉਣਾ
ਆ ਪਾਸਾ ਦੇਖ ਲਓ ਠੀਕ ਹੈ ਤੇ ਫਿਰ ਇਦੋਂ ਬਾਅਦ ਚ ਆਹ ਪਾਸਾ ਕਰਾ ਦੋ ਇਹ ਵੀ ਇਹਨਾਂ ਤੋਂ ਪਵਾਏ ਸੀਗੇ ਇਹ ਜ਼ਿਆਦਾ ਵਾਰ ਭਾਵੇਂ ਨਿੱਕੇ ਨਿੱਕੇ ਜਿਹੇ ਲੱਗਦੇ ਫਿਰ ਵੀ ਉਦੋਂ ਠੀਕ ਲੱਗਦੇ ਮੈਨੂੰ ਮੈਨੂੰ ਯਾਰ ਪਤਾ ਕੀ ਆ ਨਾਲੇ ਹੁਣ 22-24 ਇੰਚ ਜੋ ਵੀ ਆ ਬਾਹਰ ਵੀ ਹੋਣ ਇਹ ਕਹਿੰਦਾ ਮੈਂ ਉਹਦੇ ਲਈ ਸਪੇਸਰ ਪਾਉਣੇ ਮੈਨੇ ਬਾਹਰ ਉਹ ਜ਼ਿਆਦਾ ਆ ਇਹ ਅੰਦਰ ਨੂੰ ਦੇਖਦੇ ਹਾਂ ਤੇ ਵੀਰੇ ਗੁੱਸਾ ਨਾ ਕਰਿਓ ਕੱਲ ਨੂੰ ਆਉਣੇ ਆ ਜੇ ਕੋਈ ਮਿਹਨਤ ਬਣੀ ਕੋਈ ਟੈਨਸ਼ਨ ਨਾ ਲਓ ਦੱਸੋ ਅਸੀਂ ਮਿਹਨਤ ਤੁਹਾਡੀ ਦੇਵਾਂਗੇ ਪਰ ਅਸੀਂ ਆਉਣੇ ਕੱਲ ਨੂੰ ਨਹੀਂ ਨਹੀਂ ਮਿਹਨਤ ਜੇ ਜੋ ਵੀ ਬਣਿਆ ਤੁਹਾਡਾ ਮੈਨੂੰ ਪਤਾ ਇੰਨੀ ਮਿਹਨਤ ਆਈ ਆ ਉਹ ਫਿੱਟ ਕਰ ਦਿਓ ਵੀਰੇ ਪਹਿਲੇ ਵਾਲੇ ਅਤੇ ਉੱਧਰਲੇ ਵੀ ਕਰ ਦਿਓ ਜੋ ਮਿਹਨਤ ਬਣੀ ਮੇਰਾ ਭਰਾ ਉਹ ਦੱਸ ਦਿਓ ਨਾ ਕਿੰਨੇ ਬਾਹਰ ਨੂੰ ਉਹਦੇ ਪ੍ਰੋਬਲਮ ਤਾਂ ਨੀ ਆਉਂਦੀ ਕੋਈ ਕਿਉਂਕਿ ਇੰਨੇ ਮਹਿੰਗੇ ਆ ਇੰਨੇ ਪੈਸੇ ਵੀ ਲਾਉਣੇ ਆ ਇਹ ਅਲੋਏ ਕਿੰਨੇ ਦਾ ਜੀ ਉਹ ਵਾਲਾ ਅਲੋਏ ਆ ਸਹੀ ਲੱਗਾ ਸੀ ਸਭ ਤੋਂ ਦੋ ਮਿੰਟ ਰੁਕੀ ਵੀਰੇ ਸਿੱਧਾ ਟਾਇਰ ਦੇਖ ਲਓ ਪਰ ਇਹ ਪਾਇਆ ਬਾਹਰ ਨੂੰ ਚੱਲ ਵੀਰੇ ਲੈ ਜਾ ਬਾਕੀ ਇਹਦਾ ਐਸਟੀਮੇਟ ਲਵਾ ਲੈਂਦੇ ਸਾਨੂੰ ਅਤੇ ਬਾਕੀ ਪੁੱਛ ਲੈਂਦੇ ਹਾਂ ਜਿੱਥੋਂ ਬਾਹਰ ਨੂੰ ਕਰਾਉਣਾ ਹੈ ਫਿਰ ਪਵਾਉਂਦੇ ਯਾਰ ਮੁੰਡਿਆਂ ਨੂੰ ਮੈਂ ਮਿਹਨਤ ਉਹਨਾਂ ਦੀ ਦੇਤੀ ਲੈਂਦੇ ਨਹੀਂ ਸੀਗੇ ਮਿਹਨਤ ਦੇ ਦਿੱਤੀ ਆ ਬਾਕੀ ਪਰ ਟਾਇਰ ਹਲੇ ਸੈੱਟ ਨਹੀਂ ਆਏ ਬਾਕੀ ਮੈਂ ਪੁੱਛ ਕੇ ਆਉਣਾ ਆ ਕਿੱਥੋਂ ਸੈੱਟ ਹੋਣੇ ਪਰ ਮੈਨੂੰ ਜੀ ਡੀ ਭਾਅ ਜੀ ਦਾ ਫੋਨ ਆ ਗਿਆ ਵਿੱਚ ਹੀ ਉਹ ਕਹਿੰਦਾ ਕੋਈ ਕੰਮ ਆ ਕੋਈ ਗਿਫਟ ਦੇਣਾ ਕੀ ਪਤਾ ਜੀ ਡੀ ਭਾਅ ਜੀ ਭਰਾਵਾ ਆਈਫੋਨ ਦੇ ਦੇਵੇ 13 ਦੇਖਦੇ ਹਾਂ ਗਿਫਟ ਕੀ ਦੇਣਾ ਭਾਅ ਜੀ ਨੇ ਆਈਫੋਨ 13 ਹੀ ਦੇ ਦੇਵੇ ਜਲ ਸੁਣਿਆ ਵੀਰੇ ਹੋਰ ਕਿੱਥੋਂ ਆ ਤੂੰ ਮੈਂ ਕਰਦੀ ਤੂੰ ਸਕੂਲ ਲਿਪ ਕੱਢ ਲੈਂਦਾ ਥੋੜ੍ਹੀ ਜਿਹੀ ਕੱਢ ਕੇ ਆ ਗਿਆ ਦਬਾ ਦਬਾ ਇੰਨਾ ਕਾਹਦੇ ਫਸਾਇਆ ਇਹ ਕੰਮ ਨਾਲ ਹੀ ਕੱਢ ਲਿਆ ਹੋਰ ਠੀਕ ਆ ਲਿਪ ਦੀ ਜਾਨ ਕੱਢੀ ਪਈ ਲਿਪ ਦੀ ਵੀ ਜਾਨ ਵਾਕਈ ਬੋਲ ਘੁੱਟ ਗਏ ਚਲੋ ਚੱਲੀਏ ਯਾਰ ਫੇਰ ਮਿਲਦੇ ਪਹੁੰਚ ਗਏ ਆ ਬਹੁਤ ਬਹੁਤ ਖਾਸ ਭਰਾ ਕੋਲ ਉਹ ਤੁਹਾਡੀ ਪਿੰਡ ਹੋਰ ਭਾਈ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਭਾਜੀ ਹੈਲੋ ਭਾਜੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਠੀਕ ਠਾਕ ਭਾਜੀ ਭਾਈ ਫਤਿਹ ਜੀ ਫਤਿਹ ਹੋਰ ਭਾਜੀ ਦੀ ਦੁਕਾਨ ਤੇ ਬਲੌਗ ਚੱਲਣ ਹੀ ਰਿਹਾ ਸੀ ਇੱਥੇ ਆਪਣੇ ਵਾਲਾ ਹੀ ਜੇਕਰ ਜ਼ਿਆਦਾ ਖੱਪ ਹੋ ਗਈ ਓਵਰ ਹੋ ਗਿਆ ਥੋੜ੍ਹਾ ਜਿਹਾ ਹੈ ਨਹੀਂ ਠੀਕ ਲੱਗਿਆ ਭਾਜੀ ਕੋਈ ਚੱਲਦਾ ਇੰਨਾ ਕੁ ਚੱਲਦਾ ਹੈ ਨਾ ਹਾਂ ਚਲਾਉਣਾ ਪੈਂਦਾ ਭਾਜੀ ਬਲੌਗ ਆ ਨਾ ਫਿਰ ਥੋੜ੍ਹੀ ਐਕਟਿੰਗ ਤਾਂ ਚਾਹੀਦੀ ਹੈ ਨਾ ਹੈਲੋ ਹੈਲੋ ਬ੍ਰਦਰ ਹੈਲੋ ਕਰ ਦਿਆ ਕਰੋ ਬਾਕੀ ਪ੍ਰਭ ਹੋਣੇ ਲੱਗੇ ਹੋਏ ਆ ਆਪਣੇ ਤੇ ਹੈਲੋ ਝਾਤੀ ਉੱਗੇ ਝਾਤੀ ਕਰੀ ਕਰੀ ਫੋਟੋ ਖਿੱਚਦਾ ਕਿੱਦਾਂ ਖਿੱਚਦਾ ਕਿੱਦਾਂ ਅੱਛਾ ਪੰਜਾਂ ਦਿਖਾਉਣਾ ਤਾਂ ਫੋਟੋ ਖਿੱਚ ਵਾਹ ਓ ਬੱਟਾ ਆਹ ਫੋਨ ਮੈਨੂੰ ਬਹੁਤ ਘੈਂਟ ਲੱਗਦਾ ਅਤੇ ਇੱਦਾਂ ਇਹਨੇ ਫੋਲਡ ਹੋ ਜਾਣਾ ਰਾਹ ਚੱਲ ਪੈਣਾ ਕਿਆ ਬਾਤ ਹੈ ਕਾ ਇਹ ਇੱਦਾਂ ਹੋਣਾ ਲਓ ਜੀ ਸੈਮਸੰਗ ਫੋਲਡ ਕਿਆ ਬਾਤ ਹੈ ਇਹਨੂੰ ਖੋਲ੍ਹ ਕੇ ਰੱਖਿਆ ਕਰੋ ਤਾਂ ਦੇਖਣਾ ਇਹਨੇ ਇੱਦਾਂ ਕਾਪੀ ਵਾਂਗੂ ਸਹੀ ਗੱਲ ਆ ਬਾਕੀ ਘੜੀਆਂ ਇਹਦੀਆਂ ਬਹੁਤ ਮਹਿੰਗੀਆਂ ਐਪਲ ਨਾਲੋਂ ਵੀ ਮਹਿੰਗੀਆਂ ਆਹ ਵੀਰੇ ਸਿੰਪਲ ਆ ਇਹ ਵੀ ਮੁੜਦਾ ਹੋਰ ਨਾ ਮੈਂ ਮੋੜ ਦੇਵਾਂ ਭੈਣ ਜੀ ਮੇਰੇ ਗਲੇ ਪੈ ਜਾਣਾ ਲਓ ਵੀ ਇਹ ਹੈਗਾ ਇਸ਼ਕ ਇਸ਼ਕ ਮੇਰੇ ਮੂੰਹ ਚੁੱਕ ਦੇ ਜਿਹੜਾ ਇਸ਼ਕ ਹੈ ਕਹਿੰਦੇ ਭਾਅ ਜੀ ਨਾ ਪੂਰਾ ਆਪਣਾ ਹੈਲੋ ਭਾਅ ਜੀ ਅਤੇ ਹੋਰ ਕਿੱਦਾਂ ਠੀਕ ਠਾਕ ਹੈ ਭਾਅ ਜੀ ਭਾਈ ਦੀ ਸ਼ੌਪ ਤੇ ਭਾਅ ਜੀ ਇੰਗਲੈਂਡ ਦਾ ਟੂਰ ਕਿੱਦਾਂ ਦਾ ਰਿਹਾ ਤੁਹਾਡਾ ਗੇੜਾ ਕਿੱਦਾਂ ਦਾ ਰਿਹਾ ਇੰਗਲੈਂਡ ਦਾ ਟੂਰ ਬਹੁਤ ਵਧੀਆ ਰਿਹਾ ਤੇ ਭਾਅ ਜੀ ਨੇ ਮੈਂ ਕਿਹਾ ਹਰ ਦਿਨ ਹਰ ਵਕਤ ਤੁਹਾਨੂੰ ਯਾਦ ਕੀਤਾ ਕੀ ਬਾਤ ਹੈ ਭਾਅ ਜੀ ਚਾਹੇ ਉਹ ਟ੍ਰੇਨ ਦਾ ਸਫ਼ਰ ਸੀ ਚਾਹੇ ਬੱਸ ਦਾ ਸੀ ਚਾਹੇ ਫੈਰੀ ਦਾ ਸੀ ਔਰ ਇੱਕ ਗੱਲ ਮੈਂ ਦਿਲੋਂ ਕਹੂੰਗਾ ਹਾਂਜੀ ਪਿਆਰ ਕਰਨ ਵਾਲੇ ਇਹ ਨਾ ਸੋਚਿਓ ਕਿ ਤੁਹਾਨੂੰ ਜਲੰਧਰ 'ਚ ਨੇ ਪੰਜਾਬ 'ਚ ਨੇ ਤੇ ਹਿੰਦੁਸਤਾਨ 'ਚ ਨੇ ਠੀਕ ਹੈ ਭਾਅ ਜੀ ਤੁਹਾਨੂੰ ਪਿਆਰ ਕਰਨ ਵਾਲੇ ਬਾਹਰ ਦੀਆਂ ਕੰਟਰੀਆਂ 'ਚ ਵੀ ਬੈਠੇ ਨੇ ਜਿਹੜੇ ਦਿਲੋਂ ਪਿਆਰ ਕਰਦੇ ਨੇ ਤੇ ਮੇਰੀ ਉੱਥੇ ਕਿਸੇ ਸੱਜਣ ਨਾਲ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਹਾਂਜੀ ਕਹਿੰਦੇ ਉਹ ਜਿਹਨੇ ਭਾਬੀ ਜੀ ਨੂੰ ਫੋਨ ਲੈ ਕੇ ਗਏ ਸੀ ਤੁਹਾਡੇ ਕੋਲ ਮੈਂ ਕਿਹਾ ਹਾਂ ਕਹਿੰਦੇ ਯਾਰ ਬੜਾ ਮਜ਼ਾ ਆਉਂਦਾ ਉਹਨਾਂ ਦਾ ਦੇਖ ਕੇ ਨਾ ਜਦੋਂ ਅਸੀਂ ਥੋੜੇ ਨਾ ਸਟ੍ਰੈਸ ਬੈਠੇ ਹੁੰਦੇ ਆ ਨਾ ਤੇ ਅਸੀਂ ਭਾਜੀ ਦਾ ਜਿਹੜਾ ਆ ਉਹ ਲਗਾ ਲਈਦਾ ਹੈਗਾ ਬਲੌਗ ਤੇ ਬੜਾ ਚੰਗਾ ਲੱਗਦਾ ਆ ਜਦੋਂ ਕੋਈ ਆਪਣਾ ਭਰਾ ਤਰੱਕੀ ਕਰਦਾ ਆ ਤੇ ਮੈਂ ਤੁਹਾਡਾ ਬਲੌਗ ਦੇਖਣ ਵਾਲਿਆਂ ਨੂੰ ਵੀ ਇਹ ਗੱਲ ਕਹੂੰਗਾ ਕਿ ਜਿਹੜਾ ਬੰਦਾ ਆਪਣਾ ਹਿੰਦੁਸਤਾਨੀ ਪੰਜਾਬੀ ਭਰਾ ਤਰੱਕੀ ਕਰਦਾ ਨਾ ਉਹਦੇ ਵੱਲ ਦੇਖ ਕੇ ਹਮੇਸ਼ਾ ਖੁਸ਼ ਹੋਵੋ ਕਦੀ ਉਹਦੀ ਲੈਗ ਪੁਲਿੰਗ ਨਾ ਕਰੋ ਔਰ ਪ੍ਰਮਾਤਮਾ ਤੁਹਾਨੂੰ ਉੱਥੇ ਪਹੁੰਚਾਏਗਾ ਜਿੱਥੋਂ ਤੱਕ ਤੁਸੀਂ ਚਾਹੁੰਦੇ ਜੇ ਤੁਹਾਡੀ ਹਰ ਵਿਸ਼ ਪੂਰੀ ਹੋਊਗੀ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈਗਾ ਆ ਆਰ ਵੀ ਭਾਜੀ ਦੇ ਨਾਲ ਮੇਰਾ ਕੋਈ
ਮਤਲਬ ਕਹਿੰਦਾ ਬਿਜ਼ਨਸ ਦੇ ਰਿਲੇਟਡ ਨਹੀਂ, ਮੇਰਾ ਇੱਕ ਇਹਨਾਂ ਦੇ ਨਾਲ ਇੱਕ ਦਿਲੀ ਪਿਆਰ ਆ, ਰੂਹ ਆ, ਇਹ ਬੜੀ ਇੱਕ ਚੰਗੀ ਰੂਹ ਆ, ਮੇਰੇ ਨਿੱਘੇ ਮਿੱਤਰ ਨੇ, ਮੇਰੇ ਹਮ ਖਿਆਲੀ ਨੇ, ਤੇ ਭਰਾ ਜਦੋਂ ਵੀ ਆਉਂਦਾ ਆ ਫੈਮਿਲੀ ਦੇ ਨਾਲ ਆਉਂਦਾ ਆ, ਤਾਂ ਵੀ ਆਪਣੀ ਹੱਟੀ ਜੇ ਡੀ ਕਮਿਊਨੀਕੇਸ਼ਨ ਮਾਡਲ ਟਾਊਨ ਆਉਂਦਾ ਮੇਰਾ ਭਰਾ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ, ਦਿਲੋਂ ਹੁੰਦੀ ਆ, ਚਾਹ ਪਾਣੀ ਹਰ ਚੀਜ਼ ਤੇ ਇਹਨਾਂ ਨੂੰ ਹਰ ਜਗ੍ਹਾ ਮਿਲ ਜਾਂਦੀ ਆ, ਪਰ ਜਿਹੜਾ ਪਿਆਰ ਦਿਲੀ ਪਿਆਰ ਕਿਤੇ ਕਿਤੇ ਹੀ ਮਿਲਦਾ ਹੈਗਾ, ਔੜਾ ਜਿਹੜਾ ਮਿਲਦਾ ਕਿਸੇ ਨੂੰ। ਭਾਜੀ ਦੀ ਕਾਲ ਆਈ ਨਾਲ ਹੀ, ਮੈਂ ਕਿਹਾ ਹੁਣੇ ਆ ਗਿਆ ਜੀ, ਭਾਜੀ ਇੰਗਲੈਂਡ ਤੋਂ ਲਿਫਾਫਾ ਬੜਾ ਭਰ ਲਿਆ ਯਾਰ, ਮੈਂ ਕਿਹਾ ਭਾਜੀ ਨੇ ਖੇਚਲ ਨਹੀਂ ਕਰਨੀ, ਪਰ ਖੇਚਲ ਨਹੀਂ ਹੁੰਦੀ, ਜਿਹੜੇ ਆਪਣੇ ਹਮ ਖਿਆਲੀ ਨਿੱਘੇ ਮਿੱਤਰ ਹੁੰਦੇ ਨੇ ਉਹਦੀ ਖੇਚਲ ਨਹੀਂ ਹੁੰਦੀ ਭਾਜੀ, ਇਹ ਪਿਆਰ ਹੁੰਦਾ ਆ। ਕੀ ਬਾਤ ਹੈ, ਤੁਹਾਡੇ ਕੋਲ ਨਹੀਂ ਹੈਗਾ। ਇੱਕ ਗੱਲ ਕਹਾਂ, ਆ ਜਿਹੜੀਆਂ ਗੱਲਾਂ ਤੁਹਾਡੀਆਂ ਨਾ, ਇਹ ਮੋਹ ਲੈਂਦੀਆਂ ਬੰਦੇ ਨੂੰ, ਬਸ ਕਰੋ ਹੁਣ। ਤੁਹਾਡਾ ਨਾਮ ਲੈ ਕੇ ਜਿਹੜਾ ਵੀ ਸੱਜਣ ਮੇਰੇ ਕੋਲ ਆਉਂਦਾ ਨਾ, ਹਾਂਜੀ ਹਾਂਜੀ, ਹੈਪੀ ਜਾਂਦਾ ਆ। ਕੀ ਬਾਤ ਹੈ, ਸੱਜਣ ਫੋਨ ਕਰਦੇ ਨੇ ਤੇ ਤੁਹਾਨੂੰ ਹਰ ਬੰਦਾ ਰਿਪਲਾਈ ਵੀ ਕਰਦਾ ਆ, ਬਿਲਕੁਲ ਜੀ, ਚਾਹੇ ਉਹ ਕੋਈ ਰੇਟ ਪੁੱਛਦਾ ਆ, ਚਾਹੇ ਕੁਛ ਵੀ ਕਹਿੰਦਾ ਆ, ਬਾਕੀ ਗਿਫਟ ਗੁਫਟ ਕੁਛ ਭਾਜੀ ਮਾਇਨੇ ਨਹੀਂ ਰੱਖਦੇ ਹੈਗੇ, ਪਰਮਾਤਮਾ ਦਾ ਵਾਹਿਗੁਰੂ ਦਾ ਦਿੱਤਾ ਇੰਨਾ ਕੁਝ ਹੈਗਾ ਤੁਹਾਡੇ ਕੋਲ ਨਾ ਕਿ ਕੋਈ ਬਿਲਕੁਲ ਅੰਤ ਹੀ ਨਹੀਂ ਹੈਗਾ। ਬਾਕੀ ਭਾਜੀ ਦੀ ਹੱਟੀ, ਜਿੱਦਾਂ ਭਾਜੀ ਹੱਟੀ ਕਹਿੰਦਾ ਆ, ਜ਼ਰੂਰ ਪਹੁੰਚੋ ਜੇ ਡੀ ਕਮਿਊਨੀਕੇਸ਼ਨ, ਤੇ ਆਪਣੇ 13 ਪ੍ਰੋ ਦਾ ਚਾਹੇ ਉਹਨੂੰ ਹਿਲ ਸਟੇਸ਼ਨ ਤੇ ਲੈ ਜਾਓ, ਚਾਹੇ ਉਹਨੂੰ ਡਾਊਨ ਤੇ ਕਿਤੇ ਲੈ ਜਾਓ। ਮੁੰਡੇ ਆਏ ਹੋਏ ਦੁਕਾਨ ਤੇ, ਅਸੀਂ ਚੱਲੇ ਸੀਗੇ ਤੇ ਬਾਕੀ ਯਾਰ ਆਈਫੋਨ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਆ, ਜਿਹੜਾ ਆਈਫੋਨ ਦਾ ਨਾ 26-27 ਹਜ਼ਾਰ ਦਾ ਫਰਕ ਪੈ ਜਾਂਦਾ, ਜਿਹੜਾ ਆਪਾਂ ਆਮ ਦੁਕਾਨਾਂ ਤੋਂ ਪੁੱਛਦੇ ਹਾਂ, ਆਪਾਂ ਰੇਟ ਚੈੱਕ ਕਰ ਲਿਓ ਤੇ ਚਲੋ ਠੀਕ ਹੈ ਭਾਜੀ। ਓਕੇ ਭਾਜੀ, ਮਿਹਰਬਾਨੀ, ਬਹੁਤ ਬਹੁਤ ਲਵ ਯੂ ਟੂ ਭਾਜੀ, ਲੰਬੀ ਉਮਰ ਕਰੇ ਤੁਹਾਡੀ, ਸੇਮ ਟੂ ਯੂ ਭਾਜੀ, ਸੇਮ ਇੱਥੋਂ ਦੁਆ, ਮਿਹਰਬਾਨੀ ਭਾਜੀ। ਆਹ ਚੌਂਕ ਓਕੇ ਵਿਚਲਾ ਕਿਹੜਾ ਭਾਜੀ ਚੌਂਕ ਕਹਿੰਦੇ ਨਾ, ਮਾਡਲ ਟਾਊਨ ਸਾਹਮਣੇ ਸ਼ਿਵਾਨੀ ਪਾਰਕ, ਸ਼ਿਵਾਨੀ ਪਾਰਕ, ਸੋਰੀ ਸ਼ਿਵਾਨੀ ਪਾਰਕ ਦੇ ਸਾਹਮਣੇ। ਚਲੋ ਠੀਕ ਹੈ ਵੀਰੇ, ਉੱਧਰ ਦੀ ਆਪਾਂ ਜਦੋਂ ਐਂ ਨੂੰ ਆਈਦਾ ਨਾਲ ਹੀ ਇੱਥੇ ਭਾਜੀ ਹੁਣੀ ਮਿਲਣਗੇ। ਕਿਆ ਵਾ ਬਾਏ ਭਾਜੀ, ਅਲੋਏ ਤਾਂ ਆਪਣੇ ਗੱਲਬਾਤ ਨਹੀਂ ਬਣੀ ਅੱਜ, ਪਰ ਕੀ ਹੁਣ ਆਪਣਾ ਜਿਹੜਾ ਕੰਮ ਸੀਗਾ ਭਾਜੀ ਨੇ ਸੱਦਿਆ ਸੀਗਾ, ਉਹ ਆਪਾਂ ਇੱਧਰ ਨੂੰ ਆ ਗਏ ਸੀਗੇ। ਮੈਂ ਕਿਹਾ ਭਾਈ ਜਦੋਂ ਤੁਸੀਂ ਫੋਨ ਲਿਆ ਤੁਹਾਨੂੰ ਕਿੰਨਾ ਕੁ ਫਰਕ ਪੈ ਗਿਆ ਸੀਗਾ? ਆਪਾਂ ਨੂੰ 26 ਹਜ਼ਾਰ ਦਾ ਪਿਆ ਸੀ ਫਰਕ ਵੀਰੇ, ਬਹੁਤ ਫਰਕ ਆ ਭਾਜੀ, 26 ਹਜ਼ਾਰ ਦਾ ਥੋੜਾ ਨਹੀਂ ਹੁੰਦਾ ਫਰਕ। ਮੈਨੂੰ ਬਾਅਦ ਚ ਉਹ ਉਦੋਂ ਵੀ ਸਸਤਾ ਹੋ ਗਏ, ਜੇ ਐਪਲ ਦਾ ਹੁਣ ਲਾ ਲਾ ਭਾਜੀ 95 ਦਾ ਦਿੰਦਾ, ਉਹ ਜਿੱਦਾਂ ਐਪਲ ਵਾਲਿਆਂ ਚਲ ਜਾਓ ਕਿਤੇ ਚਲ ਜਾਓ 1,00,000+ ਦਾ ਹੋਣਾ ਨਾ, ਫਰਕ ਤਾਂ ਬਹੁਤ ਪੈਂਦਾ ਡਾਰਲਿੰਗ, 20,000 ਭਾਈ ਥੋੜਾ ਹੁੰਦਾ। ਤੇ ਬਾਕੀ ਜੈ ਜੈ ਕਰ ਰਿਹਾ, ਇੱਥੇ ਰੌਣਕਾਂ ਲੱਗੀਆਂ ਪਈਆਂ, ਮਾਡਲ ਟਾਊਨ